ਨਮਸਕਾਰ ਚਮਕਦੇ ਸਤਾਰੇ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਮੈਂ ਹਾਂ ਦਵਿੰਦਰ ਵਰਮਾ ਦਿਨੋਂ ਵਰਤੇ ਟਾਈਮ ਤੁਰੰਤ ਤੁਹਾਡੀ ਸਮੱਸਿਆ ਦਾ ਹੱਲ ਜਦੋਂ ਕਿਸੇ ਦੀ ਫੋਨ ਕਾਲ ਲੱਗਦੀ ਟੀਵੀ ਦੀ ਵੋਲੀਅਮ ਘੱਟ ਰੱਖਣੀ ਟੀਵੀ ਤੋਂ ਦੂਰ ਰਹਿਣਾ ਹੈਲੋ 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 ਜਦੋਂ ਕਿਸੇ ਦੀ ਫੋਨ ਕਾਲ ਲੱਗਦੀ ਟੀਵੀ ਤੋਂ ਦੂਰ ਰਹਿਣਾ ਜਦੋਂ ਟੀਵੀ ਦੇ ਨੇੜੇ ਆ ਕੇ ਤੁਹਾਡੀ ਕਾਲ ਕੱਟੀ ਜਾਂਦੀ ਹੈ ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਹੈ ਮਿਲਣ ਦਾ ਸਮਾਂ ਅਸੀਂ ਰੋਜ਼ ਦੱਸ ਕੇ ਜਾਂਦੇ ਸਵੇਰੇ 7 ਤੋਂ 7 ਹੈ ਕੋਈ ਬੰਦਾ ਕਿਤੇ ਵੀ ਬੈਠਾ ਉਹਨੂੰ ਐਮਰਜੈਂਸੀ ਜ਼ਰੂਰਤ ਹੈ ਜਾਂ ਦਿਨ ਦੇ ਟਾਈਮ ਗੱਲ ਕਰਨੀ ਹੈ ਪੇਟੀਐਮ ਕਰਾ ਕੇ ਜਾਂ ਬੈਂਕ 'ਚ ਪੈਸੇ ਪੇ ਕਰਕੇ ਗੱਲ ਕਰ ਸਕਦੇ ਹੈਲੋ ਹੈਲੋ ਨਮਸਕਾਰ ਜੀ ਨਮਸਕਾਰ ਜੀ ਗੁਰੂ ਜੀ ਮੇਰਾ ਇੱਕ ਪ੍ਰਸ਼ਨ ਹੈ ਕਿ ਹੁਣ ਇਹ ਹੋਲੀਆਂ ਦੇ ਵਿੱਚ ਮਕਾਨ ਸ਼ਿਫਟ ਕਰ ਸਕਦੇ ਹਾਂ ਕਿਰਾਏ ਤੇ ਹੀ ਬੈਠੇ ਹਾਂ ਕਿਰਾਏ ਤੇ ਹੀ ਜਾਣਾ ਕੋਈ ਦਿੱਕਤ ਨਹੀਂ ਕਰ ਸਕਦੇ ਹਾਂ ਅੱਛਾ ਜੀ ਧੰਨਵਾਦ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਦਾਂ ਹਰ ਬੰਦੇ ਨੂੰ ਚਾਹੀਦਾ ਕਿ ਜਿੰਨੀ ਕੁ ਲੋੜ ਹੈ ਉਨੀ ਕੁ ਗੱਲ ਕੀਤੀ ਕਿੱਡੀ ਵਧੀਆ ਗੱਲ ਹੈ ਅਗਰ ਇੰਨੀ ਔਖੀ ਕਾਲ ਲੱਗੀ ਹੈ ਹੋਰ ਵੀ ਕੁਝ ਪੁੱਛ ਸਕਦੇ ਸੀ ਪਰ ਇਹਨਾਂ ਦੀ ਪਹਿਲੇ ਵੀ ਕਾਲ ਲੱਗੀ ਹੋਈ ਹੈ ਹੈਲੋ ਹੈਲੋ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਡੇਟ ਔਰ ਟਾਈਮ ਦੱਸੋ ਸਵੇਰੇ ਸ਼ਾਮੀ ਦੁਪਹਿਰੇ ਕੁਛ ਪਤਾ ਕੇ ਨਹੀਂ ਰਾਤ ਦਾ ਰਾਤ ਦਾ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਅੱਛਾ ਜੀ ਮੈਨੂੰ ਇੱਕ ਚੀਜ਼ ਦੱਸੋ ਸਿਹਤ ਜਿਹੜੀ ਹੈ 2016 ਤੋਂ ਖਰਾਬ ਚੱਲ ਰਹੀ ਹੈ ਕਿ 2010 ਤੋਂ ਚੱਲ ਰਹੀ ਹੈ 16 ਤੋਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਰਾਏਕੋਟ ਤੋਂ ਚਾਵਲ ਧਾਰਮਿਕ ਸਥਾਨ ਤੇ ਦਾਨ ਇੱਕ ਵਾਰੀ ਦੇਣੇ ਸੋਮਵਾਰ ਤਾਂਬੇ ਦੇ ਬਰਤਨ ਦਾ ਰੱਖਿਆ ਹੋਇਆ ਪਾਣੀ ਪੀਣਾ ਤਕਰੀਬਨ ਇਹੀ ਜ਼ਿਆਦਾ ਪੀਓ ਦਹੀਂ ਮਲ ਕੇ ਨਹਾਉਣਾ ਕਦੇ ਕਦੇ ਨਮਕ ਵਾਰ ਕੇ ਪਾਣੀ ਥੱਲੇ ਛੱਡਣਾ ਕਦੇ ਕਦੇ ਟਾਈਮ ਕੋਈ ਨੀ ਸਵੇਰੇ ਸ਼ਾਮੀ ਦੁਪਹਿਰੇ ਜਦੋਂ ਮਰਜ਼ੀ ਪਤਲਾ ਦੁੱਧ ਕਰਕੇ ਕੁੱਤੇ ਨੂੰ ਪਾਣਾ ਪੀਲੀ ਸਰੋਂ 1 ਕਿਲੋ ਵਾਈਟ ਕੱਪੜੇ ਚ ਪਾ ਕੇ ਆਪਦੇ ਸਰਾਣੇ ਰੱਖ ਉਸ ਤੋਂ ਬਾਅਦ ਮੇਰੇ ਨਾਲ ਗੱਲ ਕਰੀਓ ਕਿੰਨਾ ਫਾਇਦਾ ਹੋਇਆ ਜੈ ਸ਼੍ਰੀ ਰਾਮ ਹੈਲੋ ਹੈਲੋ ਹਾਂਜੀ ਡੇਟ ਔਰ ਟਾਈਮ ਦੱਸੋ ਜੀ 24/6/2004 ਹਾਂਜੀ 7:35 ਸ਼ਾਮ ਦੀ 7:35 ਸ਼ਾਮ ਦੇ ਹਾਂਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਇਹ ਦੇਸੀ ਬਾਰੇ ਪੁੱਛਣਾ ਹੈ ਪੰਡਤ ਜੀ ਇਸ ਘਰੋਂ ਦੇ ਪੜ੍ਹ ਕੇ ਸਹੀ ਜਾਂਦੀ ਹੈ ਤੇ ਸਕੂਲ ਜਾ ਕੇ ਸਭ ਕੁਝ ਭੁੱਲ ਜਾਂਦੀ ਇੱਕ ਜਿੱਦੀ ਬਹੁਤ ਹੈ ਦੇਖੋ ਜੀ ਜਿੱਦੀ ਪਤਾ ਕੀ ਗੱਲ ਹੈ 2-3 ਚੀਜ਼ਾਂ ਹੁੰਦੀਆਂ ਆਪਾਂ ਇੱਕ ਦੇਖ ਲਿਆ ਕਿ ਬੱਚਾ ਜਿੱਦੀ ਆਪਾਂ ਉਹਦੀ ਪਹਿਲੇ ਇਹ ਨਹੀਂ ਦੇਖਿਆ ਕਮੀ ਕੀ ਹੈ ਹਾਂਜੀ ਪਹਿਲੇ ਨੰਬਰ ਤੇ ਬੱਚੇ ਦੀ ਸਿਹਤ ਠੀਕ ਨਹੀਂ ਸ਼ੁਰੂ ਤੋਂ ਹੀ ਰਹਿੰਦੀ ਹਾਂਜੀ ਨਾ ਇਹ ਜ਼ਿਆਦਾ ਚੁਸਤ ਚਲਾ ਕੇ ਨਾ ਹੀ ਜ਼ਿਆਦਾ ਜ਼ੋਰ ਵਾਲਾ ਕੰਮ ਕਰ ਸਕਦੀ ਠੀਕ ਹੈ ਹਾਂਜੀ ਨਹਾਉਣ ਤੋਂ ਪਹਿਲੇ ਨਹਾਉਣ ਤੋਂ ਬਾਅਦ ਤੇਲ ਮਲਣਾ ਕੀਕਰ ਦੀ ਦਾਤਨ ਕਰਨੀ ਹਾਂਜੀ ਸੌਣ ਲੱਗੇ ਰਾਤ ਨੂੰ ਸਰਾਣੇ ਪਾਣੀ ਰੱਖਣਾ ਨਮਕ ਵਾਲਾ ਵੀ ਪਲੇਨ ਵੀ ਹਾਂਜੀ ਠੀਕ ਹੈ ਨਮਕ ਵਾਲਾ ਤੁਸੀਂ ਵਾਸ਼ ਵਿਸ਼ਰ ਚ ਸਿੱਟ ਦੇਣਾ ਹਾਂਜੀ ਚਾਹੇ ਬਾਥਰੂਮ ਚ ਸਿੱਟ ਦੋ ਕੋਈ ਦਿੱਕਤ ਨਹੀਂ ਜਿਹੜਾ ਪਲੇਨ ਪਾਣੀ ਹੈਗਾ ਉਹ ਕਿਤੇ ਘਾਹ ਚ ਪਾਣਾ ਹੈ ਪੰਡਿਤ ਜੀ ਨੂੰ ਗਲੀਰ ਤੇ ਨਹੀਂ ਬੈਠੀ ਆਪਣੀ ਪਹਿਲੇ ਮੈਨੂੰ ਤਾਂ ਬੋਲ ਲੈਣ ਦੋ ਹਾਂਜੀ ਹਾਂਜੀ ਉਹ ਵੀ ਦੱਸ ਦੂੰਗਾ
ਨਾਨ ਤੋਂ ਪਹਿਲੇ ਨਾਨ ਤੋਂ ਬਾਅਦ ਤੇਲ ਮਲਣਾ ਹਾਂਜੀ ਠੀਕ ਆ ਜੀ ਹਾਂਜੀ ਕੀੜਿਆਂ ਦੇ ਭੌਣ ਤੇ ਤਿਲ ਚਾਵਲੀ ਪਾਣੀ ਹਾਂਜੀ ਰਹਿ ਗਈ ਹੁਣ ਮੰਗਲੀਕ ਵਾਲੀ ਗੱਲ ਹਾਂਜੀ ਮੰਗਲੀਕ ਬੱਚਾ ਹੈਗਾ ਆ ਹਾਂਜੀ ਤੇ ਕੱਚੀ ਲੱਸੀ ਨਾਲ ਨਹਾਣਾ ਕਦੇ ਕਦੇ ਓਮ ਨਮੋ ਸ਼ਿਵਾਏ ਦਾ ਜਾਪ ਜ਼ਿਆਦਾ ਕਰਨਾ ਇੱਕ ਵਾਰੀ ਇਹ ਕੁਛ ਕਰੋ ਫਾਇਦਾ ਹੋਊਗਾ ਫਿਰ ਆਪਾਂ ਦੁਬਾਰਾ ਗੱਲ ਕਰਾਂਗੇ ਇਹ ਬੱਚਾ ਪੜ੍ਹਨ ਲੱਗਿਆ ਵੀ ਲਾਸਟ ਤੇ ਜਾ ਕੇ ਜ਼ੋਰ ਲਾਉਂਦਾ ਹੈ ਹਾਂਜੀ ਸਰ ਇਦਾਂ ਹੀ ਜੈ ਸ਼੍ਰੀ ਰਾਮ ਹੈਲੋ ਹੈਲੋ ਹਾਂਜੀ ਡੇਟ ਔਰ ਟਾਈਮ ਦੱਸੋ ਹਾਂਜੀ 15 ਦਸੰਬਰ 1987 15 ਦਸੰਬਰ 1987 ਜੀ ਜਨਮ ਦਾ ਟਾਈਮ ਸਾਡੇ 5:15 ਸ਼ਾਮ ਦਾ ਜੀ ਹਾਂਜੀ ਕੀ ਬੋਲਣਾ ਚਾਹੁੰਦੇ ਹੋ ਇਹ ਨਾਮ ਰਕੇਸ਼ ਕੁਮਾਰ ਹੈ ਜੀ ਛੋਟਾ ਬ੍ਰਦਰ ਹੈ ਮੇਰਾ ਮਤਲਬ ਜੀ ਸਵੇਰ ਸਵੇਰ ਕੁਝ ਢਿੱਲੀ ਰਹਿੰਦੀ ਹੈ ਜੀ ਠੀਕ ਨਹੀਂ ਰਹਿੰਦਾ ਪੰਦਰਾਂ ਦਸੰਬਰ 1987 5:15 ਸ਼ਾਮ ਦਾ 1987 ਹਾਂਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਇਹ ਜੀ ਇੱਕ ਤਾਂ ਕੋਈ ਕੰਮ ਨਹੀਂ ਇਹਦਾ ਖਾਸ ਹੈਗਾ ਜੀ ਵਿਹਲਾ ਹੀ ਹੈ ਫਿਲਹਾਲ ਤਾਂ ਪਲੱਸ ਟੂ ਕਰਕੇ ਤੇ ਬਾਕੀ ਸਿਹਤ ਵੀ ਠੀਕ ਨਹੀਂ ਰਹਿੰਦੀ ਇੱਕ ਵਾਰੀ ਤੁਹਾਨੂੰ ਆ ਕੇ ਮਿਲਣਾ ਪੈਣਾ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਇਹਦੀ ਹੁਸ਼ਿਆਰਪੁਰ ਤੋਂ ਜੀ ਸਿਹਤ ਇਹਦੀ 2008 ਤੋਂ ਖਰਾਬ ਚੱਲਦੀ ਪਈ ਹੈ ਹਾਂਜੀ ਕਿ 2014 ਤੋਂ ਹੋਈ ਹੈ ਸਿਹਤ ਹਾਂਜੀ ਸਿਹਤ ਹੋਣੀ ਹੋਈ ਜੀ 2014 ਤੋਂ 2014 ਤੋਂ ਬਸ ਮੈਂ ਉਹੀ ਪੁੱਛਿਆ ਠੀਕ ਹੈ ਜੀ ਹਾਂਜੀ ਉਦਾਂ ਮਤਲਬ ਕੰਮ ਕੁਮ ਨਹੀਂ ਕਿਸੇ ਪਾਸੇ ਕਰਦਾ ਰਿਹਾ ਜੀ ਕੋਈ ਵੀ ਕੋਈ ਗੱਲ ਨਹੀਂ 7 ਪੀਸ ਤਾਂਬੇ ਦੇ ਐਤਵਾਰ ਨੂੰ ਜ਼ਮੀਨ ਦੇ ਵਿੱਚ ਦਬਣੇ ਦਿਨ ਦੇ ਟਾਈਮ ਅੱਛਾ ਜੀ 8 ਪੀਸ ਤਾਂਬੇ ਦੀ ਹਾਂਜੀ ਤੇ ਦੂਜੇ ਨੰਬਰ ਤੇ 7 ਬਦਾਮ ਗਿੱਲਾ ਨਾਰੀਅਲ ਸ਼ਨੀਵਾਰ ਨੂੰ ਜਲ ਪ੍ਰਵਾਹ ਕਰਨਾ ਅੱਛਾ ਜੀ ਹਰ ਸ਼ਨੀਵਾਰ ਨੂੰ ਪਹਿਲੇ 4 ਵਾਰੀ ਫਿਰ ਮਹੀਨੇ ਚ 1 ਵਾਰੀ ਅੱਛਾ ਜੀ ਇਹ ਅਪਾਈ ਕਰਨੇ ਤੇ ਮੈਨੂੰ ਆਣ ਕੇ ਮਿਲਣਾ ਇੱਕ ਲੋਹੇ ਦਾ ਕੜਾ ਪਾ ਕੇ ਰੱਖਣਾ ਅੱਛਾ ਜੀ ਲੋਹੇ ਦਾ ਕੜਾ ਠੀਕ ਹੈ ਹਾਂਜੀ ਕਾਫੀ ਫਰਕ ਪਊਗਾ ਫਿਰ ਤੁਸੀਂ ਮੈਨੂੰ ਆਣ ਕੇ ਮਿਲ ਲਿਓ ਇਹ ਬੱਚਾ ਤੁਹਾਡਾ ਨਾ ਬਹੁਤ ਜ਼ਿਆਦਾ ਤਰੱਕੀ ਕਰ ਸਕਦਾ ਹੈ ਪਰ ਇਹਦੇ ਜਿਹੜਾ ਟਾਈਮ 2014 ਤੋਂ ਮਾੜਾ ਸ਼ੁਰੂ ਹੋਇਆ ਨਾ ਉਹ ਇਹਨੂੰ ਬਿਲਕੁਲ ਖਰਾਬ ਕਰ ਦੇ ਇਹ ਬਾਹਰ ਦਾ ਕੋਈ ਜੋਗ ਹੈ ਜੀ ਸਭ ਕੁਝ ਹੋ ਜਾਊਗਾ ਟੈਨਸ਼ਨ ਨਹੀਂ ਲੈਣੀ ਹੈਲੋ ਹਾਂਜੀ ਡੇਟ ਔਰ ਟਾਈਮ ਦੱਸੋ 22 ਦਸੰਬਰ 69 ਹਾਂਜੀ ਜਨਮ ਦਾ ਐਤਵਾਰ ਜਨਮ ਸਥਾਨ ਚੰਨਣ ਕੇ ਪਿੰਡ ਵਿੱਚ ਤੇਰੇ ਕੋਲ ਟਾਈਮ ਦੱਸੋ ਟਾਈਮ ਵੀ ਹੈਗਾ 9 ਵਜੇ ਸਿਰ ਐਤਵਾਰ ਰਾਤ ਦਾ ਕਿ ਦਿਨ ਦਾ ਦਿਨ ਦਾ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਇਹ ਦੇਖੋ ਰਿਸ਼ਤੇ ਬਾਰੇ ਦੇਖੋ ਤੇ ਕਾਰੋਬਾਰ ਨਹੀਂ ਚੱਲਦਾ ਇਹਨਾਂ ਬੱਚਿਆਂ ਦਾ ਦੇਖੋ ਜੀ ਕਾਰੋਬਾਰ ਬੱਚਿਆਂ ਦਾ ਛੱਡੋ ਤੁਹਾਡਾ ਕਦੋਂ ਚੱਲਿਆ ਹਾਂਜੀ ਤੁਹਾਡਾ ਵੀ ਇਹੀ ਹਾਲ ਰਿਹਾ ਹੈ ਠੀਕ ਆ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਅਸੀਂ ਬਟਾਲਾ ਤੋਂ ਬੋਲਦੇ ਹਾਂ ਹਾਂਜੀ ਬਟਾਲੇ ਤੋਂ ਬਟਾਲਾ ਤੋਂ ਇੱਕ ਤਾਂ ਬੱਚੇ ਨੇ ਝੂਠ ਨਹੀਂ ਬੋਲਣਾ ਠੀਕ ਆ ਸਲਾਹ ਦੇਣਾ ਕਿਸੇ ਦੇ ਕੰਮ ਕਰਨਾ ਠੀਕ ਆ ਟੁੱਟੀ ਹੋਈ ਕੁਰਸੀ ਮੇਜ ਘਰ ਰੱਖਣਾ ਹਰੀ ਮੂੰਗੀ ਧਾਰਮਿਕ ਸਥਾਨ ਤੇ ਦਾਨ ਦਿੰਦੇ ਰਹਿਣਾ ਇੱਕ ਚਾਂਦੀ ਦਾ ਬਗੈਰ ਜੋੜ ਤੋਂ ਛੱਲਾ ਪਾਣਾ ਬੁਰਸ਼ ਦਿਹਾੜੀ ਵਿੱਚ 2 ਵਾਰੀ ਕਰਨਾ ਠੀਕ ਆ ਇੱਕ ਵਾਰੀ ਸਿੰਪਲ ਕਰੇ ਫਿਰ ਆਪਾਂ ਦੇਖਦੇ ਹਾਂ ਕੀ ਕਰਾਣਾ ਠੀਕ ਹੈ ਜੈ ਸ਼੍ਰੀ ਰਾਮ ਹੈਲੋ ਹੈਲੋ ਨਮਸਕਾਰ ਗੁਰੂ ਜੀ ਹਾਂਜੀ ਨਮਸਕਾਰ ਜੀ ਗੁਰੂ ਜੀ ਮੈਂ ਆਪਣੇ ਬੇਟੇ ਔਰ ਬਹੂ ਕੇ ਬਾਰੇ ਮੈਂ ਪੁੱਛਣਾ ਚਾਹਤੀ ਹੂੰ ਕਿ ਉਨਕਾ ਭਵਿਸ਼ਯ ਕੈਸਾ ਰਹੇਗਾ ਡੇਟ ਔਰ ਟਾਈਮ ਦੱਸੋ ਉਨਕਾ 23 ਮਈ ਜੀ 1993 1993 ਜਨਮ ਦਾ ਟਾਈਮ ਉਨਕਾ 11:30 ਕੇ ਬੀਚ ਮੇ ਹੈ ਗੁਰੂ ਜੀ ਰਾਤ ਕਾ 11 ਤੋਂ 11:30 ਰਾਤ ਦੇ ਹਾਂਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਜਨਮ ਜਗਾਦਰੀ ਕਾ ਹੈ ਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਹਾਂਜੀ ਮੈਂ ਆਪਣੇ ਬਹੂ ਬੇਟੇ ਦੇ ਬਾਰੇ ਮੈਂ ਪੁੱਛਣਾ ਚਾਹਤੀ ਹੂੰ ਕਿ ਉਨਕਾ ਭਵਿਸ਼ਯ ਕੈਸਾ ਰਹੇਗਾ ਔਰ ਹਮਾਰੇ ਪਰਿਵਾਰ ਕੇ ਸਾਥ ਕੈਸੀ ਰਹੇਗੀ ਵੋ ਯੇ ਡੇਟ ਔਰ ਕਿਸ ਕੀ ਦੀ ਹੈ ਤੁਮਨੇ ਯੇ ਬਹੂ ਕੀ ਦੀ ਹੈ ਜੀ ਦੇਖੋ ਇਸਕੇ ਮਨ ਮੇ ਕੁਛ ਨਹੀਂ ਹੈ ਹਾਂਜੀ ਲੇਕਿਨ ਅਗਰ ਇਸਕੋ ਜ਼ਿਆਦਾ ਕਾਮ ਕਰਨਾ ਪੜ ਜਾਏ ਹਾਂਜੀ ਪਿਆਰ ਸੇ ਕਾਮ ਲੈ ਲੋ ਗੁੱਸੇ ਮੇ ਕਾਮ ਨਹੀਂ ਦੇਤੀ ਹਾਂਜੀ ਲੇਕਿਨ ਦਿਲ ਕੀ ਅੱਛੀ ਹੈ ਨਿੰਦਿਆ ਚੁਗਲੀ ਨਹੀਂ ਕਰਤੀ ਕਿਸੇ ਕੀ
लेकिन घर में आने से इसके आपको घर में नुकसान कोई नहीं है, फायदे ही फायदे हैं। हाँ जी, इसके आने से घर में बड़े फायदे हैं। अच्छा जी। दूसरे नंबर पे इसके कमर में दर्द रहता है या गला जल्दी खराब हो जाता है? कमर में दर्द रहता है, कमर में दर्द रहता है कभी कभी, या गला खराब हो जाता है। हाँ जी। इसको बोलना तांबे के बर्तन का रखा हुआ पानी पीना। हाँ जी। जहाँ पे खाना बनता है बैठ के खाना। हाँ जी। बस ये सिर्फ इतना ही ध्यान रखे, बाकी फिर बाद में बातें करेंगे, आपको फायदा हो कुछ। जय श्री राम। हेलो हेलो। हाँ जी, डेट और टाइम दसो। हाँ जी, आई असी हो, मैं बेटे दे नूं बारे पुछना आपदे बारे। डेट और टाइम दसो। टाइम जी उन्हां दा हैगा 4:55। सवेर दे के शाम दे? सुबह दे जी। 4:55 सवेर दे। हाँ जी, की पुछना है? हाँ जी, मलकीत सिंह मुंडे दा नाम है। पुछना की है?1999। जन्म का टाइम? 4:55। सवेर दे? सवेर दे। अगली बोलियो। हाँ जी, बहू दा हैगा 10/6। हाँ जी। एएम रात दा जेड़ा हैगा, एएम टाइम है जी। 10/6 1900 किन्ना? 10/6 1988। सवेरे 6 बजे? नहीं जी, 6 बजे नहीं, 9:00 PM 1:00। 9:00 PM 1:00। हाँ जी। हाँ जी, की पूछना जी? इन्हां दे दोनों दे विच ना जी, आपस विच मतलब इन्हां दी बनदी नहीं हैगी। मैं आए पूछना है भी हुण इन्हां दा आपस विच बनूगी या इन्हां दा भी तलाक ही होगा? तलाक ही होगा जी। की कुछ ग्रह चल रहे ने जी? पहले नंबर ते जदों इहदा विआह करना सी उदों पुछना सी। नहीं, मुंडे दा विआह जी ने हुण उहनां ने आप ही मिला के दित्ता सानूं, कहिंदे मेरी इक गल सुणो, मेरी इक कण मैनूं बोलण दो। सब तों वड्डी चीज़ इह हैगी है कि इहनां दे जिहड़े गुण है 13 मिलदे है। हाँ जी। लड़की मंगलीक हैगी है। अच्छा जी। गुस्सा ज्यादा आंदा, दिल कमजोर है। हाँ जी। रोज जल्दी पैंदी है। हाँ जी। हाँ ठीक है जी। पर ए है कि सब तो वड्डी चीज ये कि जदों कुंडली ना ना मिले उदों ही देखना चाहिए भी आपा की करिए। हाँ जी। और पिछले तुहाडे 6-7 महीने दा बड़े औखे लंघे हुण। बहुत ही। हाँ, 6 महीने बहुत औखे ने जी। हाँ ठीक है जी। और एते विच पता की है हुण? ए है भी इन्हें हले आ गई चलेगी वाली काम रहना है। हाँ जी। लेकिन एदा काम तुहाडा खराब होगा अप्रैल मई तो बाद। मई तो बाद काम खराब होगा। पर एदे विच कई चीजें ऐसी होंदियां कि जे दोने जाने बैठन, एक मेरी आदत हैगी है, टीवी चला दियो। मैं एक चाहना हुंना कि जदों एह जा केस होवे ना, अगर दोने जाने चाहन भी असी कुछ आपदा सेटिंग करनी है, फिर बहुत ज्यादा फायदा हो सकदा है। ठीक है जी। लेकिन जे मैं कहां तुसी कल्ले अपाए कर लो, आ हो जूगा, फलाना हो जूगा, नहीं होना। अच्छा जी। और तुहाडे विच पैण ना कोई नहीं, जेड़े जिन्हां नूं तकलीफ है दोने जाने आपदे जे अपाए करन तां कुछ बंदा, नहीं तां नहीं। ओदा ए आई मेरी गल सुणो, हुण ना तां वी बहू दा ही मन है, बहू तां करदी है जिहड़ा अपाए करदा है, करदी है जिहड़ा कोई दस दिंदा, मुंडा नहीं साडे कहणे च मनदा। देखो जी, मुंडा साडे कोल इक वारी आ गया फिर असीं जाणीए साडा काम है, ते ओह आउंदा ही नहीं जी। ओही तां गल करदे, सब कुछ हो जांदा हुंदा, तुसीं इक वारी आ के मिलो जे घर नूं वसाणा। लुधियाने जी थले आया, एड्रेस लिखे आंदा, पे पढ़ लो। जय श्री राम। हेलो हेलो। हां जी पंडित जी, राम राम। राम राम जी। डेट और टाइम दसो। हां जी, 29 जनवरी जी 1966। जन्म दा टाइम? 7:29 AM। 7:29। हां जी, की पूछना चाहंदे हो? हां जी, मैं अपने पापा बारे पूछना चाहनी है कि उन्होंने 7:29 सवेर दे के शाम दे?
ਸਵੇਰ ਦੇ ਜੀ। ਹਾਂਜੀ ਕੀ ਪੁੱਛਣਾ ਚਾਹੁੰਦੇ ਹੋ? ਪਾਪਾ ਬਾਰੇ ਪੁੱਛਣਾ ਚਾਹੁੰਦੇ, ਸਵੇਰ ਕਿੱਦਾਂ ਰਹੋਗੇ ਤੇ ਮਕਾਨ ਕਦ ਤੱਕ ਬਣੇਗਾ? ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਹਾਂਜੀ ਲੁਧਿਆਣਾ ਤੋਂ। ਪਾਪਾ ਕੰਮ ਕੀ ਕਰਦੇ ਆ? ਪ੍ਰਾਈਵੇਟ ਜੋਬ ਕਰਦੇ ਜੀ। ਪਹਿਲੇ ਨੰਬਰ ਤੇ ਇਹ ਹੈ ਕਿ ਜਦੋਂ ਵੀ ਕੁਝ ਕੋਸ਼ਿਸ਼ ਕਰਦੇ ਆ ਕੁਛ ਨਾ ਕੁਛ ਹੋ ਜਾਂਦਾ, ਮਿਹਨਤ ਬੜੀ ਕਰਦੇ, ਪੱਲੇ ਕੁਛ ਨਹੀਂ ਹੋ। ਹਾਂਜੀ ਬਹੁਤ ਜ਼ਿਆਦਾ ਮਿਹਨਤ। ਹਾਂਜੀ ਲੇਕਿਨ ਜਿਹੜਾ ਮਕਾਨ ਦਾ ਯੋਗ ਹੈਗਾ ਹੈ, ਹਾਂਜੀ ਉਹਦੇ ਵਾਸਤੇ ਹਲੇ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ, ਕਿਉਂਕਿ ਸੋਚ ਤਾਂ ਤੁਹਾਡੀ ਆ ਪਿਛਲੇ 7-6 ਮਹੀਨੇ ਤੋਂ ਬੜੀ ਤੇਜ਼ ਬਣੀ ਪਈ ਸੀ। ਹਾਂਜੀ ਪਰ ਗੱਲ ਅੱਗੇ ਵੱਧ ਚੱਲਦੀ ਹੈ, ਰੁਕ ਜਾਂਦੀ ਹੈ। ਹਾਂਜੀ ਕੀੜਿਆਂ ਦੇ ਭੋਣ ਤੇ ਤਿਲ ਚਾਲੀ ਪਾਣੀ, ਪਿੱਪਲ ਤੇ ਜਲ ਚੜਾਉਣਾ ਕਦੇ ਕਦੇ, ਧਾਰਮਿਕ ਸਥਾਨ ਤੇ ਸਿਮੰਟ ਦਾਨ ਦੇਣਾ ਸ਼ਨੀਵਾਰ ਨੂੰ। ਸਿਮੰਟ ਦਾਨ ਦੇਣਾ ਸ਼ਨੀਵਾਰ ਨੂੰ ਇੱਕ ਅੱਧੀ ਵਾਰੀ। ਅੱਛਾ ਜੀ ਧਾਰਮਿਕ ਸਥਾਨ ਤੇ ਠੀਕ ਹੈ ਜੀ। ਤੇ ਇਹ ਉਪਾਅ ਕਰਨੇ ਆ ਤੇ ਖਾਣਾ ਨੀਚੇ ਬੈਠ ਕੇ ਖਾਣਾ ਹੈ, ਘਰ ਦੇ ਵਿੱਚ ਗਾਂ ਦੇ ਦੁੱਧ ਦਾ ਛਿੱਟਾ ਦੇਣਾ, ਓਮ ਨਮਃ ਸ਼ਿਵਾਯ ਜਾਪ ਕਰੋ ਤੇ ਟੁੱਟੀ ਹੋਈ ਕੁਰਸੀ ਮੇਜ਼ ਘਰ ਚ ਨਹੀਂ ਰੱਖਣਾ, ਤੇ ਕਦੇ ਕਦੇ ਬੱਚਿਆਂ ਨੂੰ ਇਹ ਟੋਫੀਆਂ ਵੰਡ ਦਿਆ ਕਰਨ। ਠੀਕ ਹੈ ਜੀ ਇਹਦੇ ਨਾਲ ਕਾਫੀ ਕੁਝ ਫਾਇਦਾ ਹੋਊਗਾ, ਪਰ ਸੁਭਾਵਨਾ ਹੈਗੀ ਹੈ ਬਣ ਜਾਊਗਾ। ਦੇਖੋ ਜੇ ਕੋਸ਼ਿਸ਼ ਕਰੋ, ਪੈਸੇ ਹੋਣ ਨਾ ਹੋਣ ਜਿੱਦਾਂ ਮਰਜ਼ੀ ਕਰੋ, ਕੋਸ਼ਿਸ਼ ਕਰੋ ਤੇ ਤੁਹਾਡਾ ਐਸੇ ਸਾਲ ਚ ਹੋ ਸਕਦਾ, 3 ਸਾਲਾਂ ਚ ਤਾਂ ਬਣ ਹੀ ਜਾਣਾ। ਜੈ ਸ਼੍ਰੀ ਰਾਮ। ਹੈਲੋ ਜੈ ਸ਼੍ਰੀ ਰਾਮ ਪੰਡਿਤ ਜੀ। ਜੈ ਸ਼੍ਰੀ ਰਾਮ ਜੀ। 13 ਅਪ੍ਰੈਲ 1978 ਜੀ ਡੇਟ ਆਫ ਬਰਥ ਹੈ ਜੀ, 13 ਅਪ੍ਰੈਲ 1978 ਜਨਮ ਦਾ ਟਾਈਮ 2:05 ਦੁਪਹਿਰ ਮਰਿੰਡੇ ਤੋਂ ਜੀ। ਹਾਂਜੀ ਟਾਈਮ ਕਿੰਨਾ ਦੱਸਿਆ? 2:05 ਦੁਪਹਿਰ ਦੇ ਜੀ। ਹਾਂਜੀ ਕੀ ਪੁੱਛਣਾ ਚਾਹੁੰਦੇ ਹੋ? ਮੈਂ ਆਪਣੀ ਜ਼ਿੰਦਗੀ ਚ ਬਾਹਰ ਜਾਣਾ ਚਾਹੁੰਦਾ ਜੀ। ਸਰਕਾਰੀ ਕੇ ਪ੍ਰਾਈਵੇਟ? ਪ੍ਰਾਈਵੇਟ ਹੈ ਜੀ। ਦੇਖੋ ਵੀਰ ਜੀ ਕੋਸ਼ਿਸ਼ ਕਰੋ ਤੇ ਚਲੇ ਜਾਓਗੇ। ਠੀਕ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੋ। ਅੱਛਾ ਪਹਿਲੇ ਨੰਬਰ ਤੇ ਤਾਂ ਤੁਸੀਂ ਕੋਈ ਵੀ ਅੱਜ ਤੋਂ ਬਾਅਦ ਆਪਦੀ ਖੁਸ਼ੀ ਨਹੀਂ ਮਨਾਣੀ। ਅੱਛਾ ਜੀ ਨਾ ਜਨਮ ਦਿਨ ਮਨਾਣਾ ਨਾ ਖੁਸ਼ੀ ਮਨਾਣੀ ਹੈ। ਠੀਕ ਹੈ ਸਰ। ਤਾਂਬੇ ਦੇ ਬਰਤਨ ਦਾ ਰੱਖਿਆ ਹੋਇਆ ਪਾਣੀ ਪੀਣਾ, ਸੂਰਜ ਨੂੰ ਜਲ ਦੇਣਾ, ਹਾਂਜੀ ਸਰ, ਓਮ ਨਮੋ ਸ਼ਿਵਾਯ ਦਾ ਜਾਪ ਕਰਨਾ, ਸਿੱਧਾ ਦਿਮਾਗ ਚਲਾਣਾ, ਟੇਢਾ ਨਹੀਂ ਚਲਾਣਾ। ਠੀਕ ਹੈ ਠੀਕ ਹੈ। ਇੱਕ ਘੜਾ ਪਾਣੀ ਚ ਜਲ ਪ੍ਰਵਾਹ ਕਰਨਾ ਬੁੱਧਵਾਰ ਵਾਲੇ ਦਿਨ। ਅੱਛਾ ਜੀ ਤੇ ਇੱਕ ਤੁਸੀਂ ਲਵਾਰਸ ਲਾਸ਼ ਤੇ 2 ਗਜ਼ ਕੱਪੜਾ ਕਿਸੇ ਦਿਨ ਕਿਸੇ ਵੀ ਟਾਈਮ ਪਾਣਾ। ਕਿੱਥੇ ਪਾਣੇ? ਲਵਾਰਸ ਲਾਸ਼ ਤੇ 2 ਗਜ਼ ਕੱਪੜਾ ਕਿਸੇ ਦਿਨ ਕਿਸੇ ਵੀ ਟਾਈਮ ਪਾਣਾ। ਠੀਕ ਹੈ ਸਰ ਠੀਕ ਹੈ ਜੀ ਠੀਕ ਹੈ। ਹੈਲੋ ਹੈਲੋ ਹਾਂਜੀ ਡੇਟ ਔਰ ਟਾਈਮ ਦੱਸੋ। ਸਰ 20/1/92 20/1/92 ਜਨਮ ਦਾ ਟਾਈਮ? ਜਨਮ ਦਾ ਟਾਈਮ ਸਵੇਰੇ 5 ਵਜੇ 20/1/92 ਹਾਂਜੀ। ਜਨਮ ਦਾ ਟਾਈਮ ਕੀ ਦੱਸਿਆ? ਸਵੇਰੇ 8 ਵਜੇ ਜੀ। ਕੀ ਪੁੱਛਣਾ ਚਾਹੁੰਦੇ ਹੋ? ਇਹਨਾਂ ਦੀ ਮੈਰਿਜ ਬਾਰੇ ਪੁੱਛਣਾ ਚਾਹੁੰਦੇ ਹਾਂ ਸਰ। ਸਵੇਰੇ 8 ਵਜੇ ਹਾਂਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਅਸੀਂ ਲੁਧਿਆਣੇ ਤੋਂ ਬੋਲਦੇ ਹਾਂ ਜੀ। ਮੈਰਿਜ ਦਾ ਪੁੱਛਣਾ ਚਾਹੁੰਦੇ ਹੋ? ਲੜਕਾ ਕਿ ਲੜਕੀ? ਲੜਕੀ ਹੈ ਜੀ। 7 ਬਦਾਮ ਗਿੱਲਾ ਨਾਰੀਅਲ ਜਲ ਪ੍ਰਵਾਹ ਕਰਨਾ ਸ਼ਨੀਵਾਰ ਨੂੰ। ਵਿਆਹ ਬਿਲਕੁਲ ਸਿੰਪਲ ਕਰਨਾ ਹੈ, ਕੰਮ ਇਹਦੇ ਸਾਰੇ ਅੜਕੇ ਹੁੰਦੇ ਆ। ਦੂਸਰੇ ਨੰਬਰ ਤੇ ਮੰਗਲੀਕ ਹੈਗੀ ਹੈ, ਟੇਵਾ ਮਿਲ ਕੇ ਸ਼ਾਦੀ ਕਰਨੀ। ਠੀਕ ਹੈ। ਤੇ ਕਦੇ ਇਤਵਾਰ ਵਾਲੇ ਦਿਨ ਸਰੋਂ ਦਾ ਤੇਲ ਤੇ ਕਪੂਰ ਮਿਕਸ ਕਰਕੇ ਬੋਡੀ ਤੇ ਲਗਾ ਕੇ ਨਹਾਣਾ। ਠੀਕ ਹੈ ਜੀ। ਬਾਹਰ ਦਾ ਕੰਮ ਬਣ ਜੂਗਾ? ਬਾਹਰ ਦਾ ਕੰਮ ਲੇਟ ਬਣੂਗਾ। ਜੈ ਸ਼੍ਰੀ ਰਾਮ। ਠੀਕ ਹੈ। ਇਸੇ ਤਰ੍ਹਾਂ ਅੱਜ ਸਾਡਾ ਪ੍ਰੋਗਰਾਮ ਸਮਾਪਤ ਹੋ ਰਿਹਾ, ਕੱਲ ਇਸੇ ਚੈਨਲ ਤੇ ਫਿਰ ਮਿਲਾਂਗੇ। ਅੱਜ ਸਾਨੂੰ ਦੋ ਇਜਾਜ਼ਤ। ਜੈ ਸ਼੍ਰੀ ਰਾਮ।